सशिका स्टूडेंट्स वेलकम बैक टू माय YouTube चैनल ए वीडियो नॉन बोर्ड क्लासेस 6 7 9th ਅਤੇ +1 ਕਲਾਸ ਲਈ ਹੈ नॉन बोर्ड क्लासेस ਲਈ ਫਰਸਟ ਟਰਮ ਦਾ ਪੇਪਰ ਪੈਟਰਨ ਅਤੇ ਸਿਲੇਬਸ ਬੋਰਡ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਜੋ ਕਿ ਅਸੀਂ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਫਰਸਟ ਟਰਮ ਦਾ एग्जाम एमसीक्यू 베ਸਡ ਹੋਵੇਗਾ ਸਾਰੇ ਪ੍ਰਸ਼ਨ ਬਹੁ ਵਿਕਲਪੀ ਹੋਣਗੇ ਅਤੇ ਆਪਸ਼ਨਸ ਦਿੱਤੀਆਂ ਹੋਣਗੀਆਂ ਜਿੰਨਾ ਵਿੱਚੋਂ ਤੁਸੀਂ கரੈਕਟ ਆਪਸ਼ਨ ਚੂਜ਼ ਕਰਨੇ ਹੋਣਗੇ ਨਾਨ ਬੋਰਡ ਕਲਾਸਿਸ ਨਾਲ ਸੰਬੰਧਿਤ ਅਫੀਸ਼ੀਅਲ ਲੈਟਰ ਵੀ ਜਾਰੀ ਹੋ ਚੁੱਕੀ ਹੈ ਜੋ ਤੁਸੀਂ ਦੇਖ ਸਕਦੇ ਹੋ ਸਬਜੈਕਟ ਵਾਈਜ਼ ਸਿਲੇਬਸ ਐਂਡ ਇਨਸਟਰਕਸ਼ਨਸ ਫਾਰ ਐਗਜ਼ਾਮਸ ਅਵੇਲੇਬਲ ਇਨ ਡਿਸਕ੍ਰਿਪਸ਼ਨ ਸਬਜੈਕਟ ਵਾਈਜ਼ ਐਂਡ ਕਲਾਸ ਵਾਈਜ਼ ਸਿਲੇਬਸ ਐਂਡ ਇਨਸਟਰਕਸ਼ਨਸ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ ਤੁਸੀਂ ਆਪਣੀ ਕਲਾਸ ਵਾਈਜ਼ ਅਤੇ ਸਬਜੈਕਟ ਵਾਈਜ਼ ਚੈੱਕ ਕਰ ਸਕਦੇ ਹੋ ਕਿ ਕਿਹੜੇ ਸਬਜੈਕਟ ਤੇ ਤੁਹਾਨੂੰ ਕਿਹੜੇ ਕਿਹੜੇ ਲੈਸਨ ਫਸਟ ਟਰਮ ਵਿੱਚ ਆਉਣਗੇ ਇੰਪੋਰਟੈਂਟ ਨੋਟ ਅਪਾਰਟ ਫਰਮ ਦ ਕੁਐਸਚਨਸ 기ਵਨ ਐਟ ਦ ਐਂਡ ਆਫ ਲੈਸਨਸ other questions from the lessons can also be asked ਜੋ ਕੁਐਸਚਨ ਤੁਹਾਨੂੰ ਲੈਸਨ ਦੇ ਐਂਡ ਤੇ ਦਿੱਤੇ ਹੋਏ ਹਨ ਉਹਨਾਂ ਤੋਂ ਇਲਾਵਾ ਵੀ ਕੁਐਸਚਨ ਪੁੱਛੇ ਜਾਣਗੇ ਲੈਸਨ ਦੇ ਵਿੱਚੋਂ ਵੀ ਕੁਐਸਚਨ ਪੁੱਛੇ ਜਾ ਸਕਦੇ ਹਨ ਸੋ ਤੁਸੀਂ ਇਸ ਨੂੰ ਡੀਪਲੀ ਸਟੱਡੀ ਕਰ ਲੈਣਾ ਤਾਂ ਜੋ ਤੁਹਾਨੂੰ ਐਗਜ਼ਾਮ ਵਿੱਚ ਕੋਈ ਮੁਸ਼ਕਲ ਨਾ ਆਵੇ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਫਰਸਟ ਟਰਮ ਦੇ ਸਿਲੇਬਸ ਅਤੇ ਪੇਪਰ ਪੈਟਰਨ ਬਾਰੇ ਪੂਰੀ ਇਨਫੋਰਮੇਸ਼ਨ ਮਿਲ ਗਈ ਹੋਵੇਗੀ ਤੇ ਤੁਸੀਂ ਆਪਣੀ ਪ੍ਰੈਪਰੇਸ਼ਨ ਸਟਾਰਟ ਕਰ ਦੋਗੇ ਬੈਸਟ ਵਿਸ਼ੀਜ਼ ਥੈਂਕ ਯੂ